हाँ हाँ जी, जी, तुहाडा तुहाडा सब सब दा दा स्वागत स्वागत है है पंजाबी पंजाबी साहित्यक साहित्यक सरगर्मियां सरगर्मियां दे दे वेड़े वेड़े विच। विच। तां तां इस इस यूट्यूब यूट्यूब चैनल चैनल दे दे राहीं राहीं तुसीं तुसीं प्राप्त प्राप्त करदे करदे हो हो अकादमिक अकादमिक खेत्र खेत्र नाल नाल संबंधित संबंधित नवीं नवीं अपडेट अपडेट जां जां एजुकेशन एजुकेशन फील्ड फील्ड दे दे विच विच जिहड़ियां जिहड़ियां नवीं नवीं पोस्टां पोस्टां आउंदियां आउंदियां ने ने असिस्टेंट असिस्टेंट प्रोफेसर प्रोफेसर दियां, दियां, मास्टर मास्टर केडर केडर दियां, दियां, जां जां किसी किसी वी वी तरह तरह दा दा कोई कोई कॉम्पिटिटिव कॉम्पिटिटिव एग्जाम एग्जाम दा दा रिजल्ट रिजल्ट आउंदा आउंदा जां जां उस उस नाल नाल रिगार्डिंग रिगार्डिंग कोई कोई नवीं नवीं अपडेट अपडेट आउंदी आउंदी है है तुहाडे तुहाडे नाल नाल सब सब तों तों पहलां पहलां सांझी सांझी कीती कीती जांदी जांदी है। है। और और दूजा दूजा पाए पाए दे दे विच विच पंजाबी पंजाबी जबान जबान नाल नाल जुड़े जुड़े हुए हुए जिहड़े जिहड़े जिन्ने जिन्ने वी वी कॉम्पिटिटिव कॉम्पिटिटिव एग्जाम एग्जाम ने ने जां जां मास्टर मास्टर केडर केडर पंजाबी पंजाबी यूजीसी यूजीसी नेट नेट पंजाबी, पंजाबी, तां तां इस इस दी दी नाल नाल संबंधित संबंधित आपां आपां वीडियो वीडियो अपलोड अपलोड करदे करदे हाँ। हाँ। तां तां इक इक हुण हुण आपां आपां JRF JRF नूं नूं टारगेट टारगेट रखदे रखदे हुए हुए यूजीसी यूजीसी नेट नेट दे दे पेपर पेपर दे दे लई लई तां तां इक इक लड़ी लड़ी शुरू शुरू कीती कीती हुई हुई सी सी चोणवें चोणवें प्रश्न प्रश्न उत्तरां उत्तरां दी, दी, जिस जिस दे दे विच विच साहित्य साहित्य दियां दियां सारियां सारियां ही ही ਵਿਧਾਵਾਂ ਵਿਧਾਵਾਂ ਦੇ ਦੇ ਨਾਲ ਨਾਲ ਸੰਬੰਧਿਤ ਸੰਬੰਧਿਤ ਸਵਾਲ ਸਵਾਲ ਜਿਹੜੇ ਜਿਹੜੇ ਨੇ ਨੇ ਆਪਾਂ ਆਪਾਂ ਸ਼ਾਮਲ ਸ਼ਾਮਲ ਕਰਦੇ ਕਰਦੇ ਹੁੰਦੇ ਹੁੰਦੇ ਹਾਂ ਹਾਂ 10 10 ਤੋਂ ਤੋਂ 15 15 ਸਵਾਲ ਸਵਾਲ ਹਰ ਹਰ ਇੱਕ ਇੱਕ ਵੀਡੀਓ ਵੀਡੀਓ ਦੇ ਦੇ ਵਿੱਚ ਵਿੱਚ ਹੁੰਦੇ ਹੁੰਦੇ ਨੇ। ਨੇ ਤਾਂ ਤਾਂ ਇਸ ਇਸ ਤੋਂ ਤੋਂ ਪਹਿਲਾਂ ਪਹਿਲਾਂ ਜਿਹੜੇ 97 ਹੈ ਭਾਗ 97 ਭਾਗ ਤੁਹਾਡੇ ਤੁਹਾਡੇ ਨਾਲ ਨਾਲ ਸਾਂਝੇ ਸਾਂਝੇ ਕੀਤੇ, ਕੀਤੇ, ਅੱਜ ਅੱਜ 98 98 ਨੰਬਰ ਨੰਬਰ ਭਾਗ ਭਾਗ ਜਿਹੜਾ ਜਿਹੜਾ ਸਾਂਝਾ ਸਾਂਝਾ ਕਰਨਾ। ਕਰਨਾ। ਤਾਂ ਤਾਂ ਇਹਦੇ ਇਹਦੇ ਵਿੱਚ ਵਿੱਚ ਜਿਹੜੇ ਜਿਹੜੇ ਦੋਸਤ ਦੋਸਤ ਇਸ ਇਸ ਚੈਨਲ ਚੈਨਲ ਤੇ ਤੇ ਨਵੇਂ ਨਵੇਂ ਜੁੜੇ ਜੁੜੇ ਨੇ ਨੇ ਉਹ ਉਹ ਇਸ ਇਸ ਨੂੰ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰ ਕਰ ਲੈਣ, ਲੈਣ, ਤਾਂ ਤਾਂ ਜੋ ਜੋ ਨਵੀਂ ਨਵੀਂ ਜਿਹੜੀ ਜਿਹੜੀ ਅਪਡੇਟ ਅਪਡੇਟ ਹੁੰਦੀ ਹੁੰਦੀ ਹੈ ਹੈ ਕੋਈ ਕੋਈ ਵੀ ਵੀ ਉਹ ਉਹ ਤੁਹਾਨੂੰ ਤੁਹਾਨੂੰ ਡਾਇਰੈਕਟ ਡਾਇਰੈਕਟ ਮਿਲ ਮਿਲ ਸਕੇ। ਸਕੇ ਹਾਂਜੀ, ਹਾਂਜੀ, ਤਾਂ ਤਾਂ ਸ਼ੁਰੂ ਸ਼ੁਰੂ ਕਰਦੇ ਕਰਦੇ ਹਾਂ ਹਾਂ ਬਿਨਾਂ ਬਿਨਾਂ ਕਿਸੇ ਕਿਸੇ ਦੇਰੀ ਦੇਰੀ ਤੋਂ ਤੋਂ ਅੱਜ ਅੱਜ ਦਾ ਦਾ ਆਪਣਾ ਆਪਣਾ ਜਿਹੜਾ ਜਿਹੜਾ ਪਹਿਲਾ ਪਹਿਲਾ ਸਵਾਲ ਸਵਾਲ ਇਸ ਇਸ ਲੜੀ ਲੜੀ ਦੇ ਦੇ ਵਿੱਚ ਵਿੱਚ ਕਿਹੜਾ ਕਿਹੜਾ ਹੈਗਾ, ਹੈਗਾ, ਤਾਂ ਤਾਂ ਤੁਹਾਡੀ ਤੁਹਾਡੀ ਸਕਰੀਨ ਸਕਰੀਨ ਦੇ ਦੇ ਉੱਪਰ ਉੱਪਰ ਹੈ ਹੈ ਪਹਿਲਾ ਪਹਿਲਾ ਸਵਾਲ। ਸਵਾਲ ਬਾਣੀ ਬਾਣੀ ਸ਼ਬਦ ਸ਼ਬਦ ਰਚਨਾ ਰਚਨਾ ਹੋਣ ਹੋਣ ਕਰਕੇ ਕਰਕੇ ਕਵਿਤਾ ਕਵਿਤਾ ਦੀ ਦੀ ਇੱਕ ਇੱਕ ਵੰਨਗੀ ਵੰਨਗੀ ਹੈ, ਹੈ, ਧਿਆਨ ਧਿਆਨ ਨਾਲ ਨਾਲ ਪੜਿਆ ਪੜਿਆ ਕਰੋ ਕਰੋ ਸਵਾਲ ਸਵਾਲ ਨੂੰ। ਨੂੰ ਬਾਣੀ ਬਾਣੀ ਸ਼ਬਦ ਸ਼ਬਦ ਰਚਨਾ ਰਚਨਾ ਹੋਣ ਹੋਣ ਕਰਕੇ ਕਰਕੇ ਕਵਿਤਾ ਕਵਿਤਾ ਦੀ ਦੀ ਇੱਕ ਇੱਕ ਵੰਨਗੀ ਵੰਨਗੀ ਹੈ ਹੈ ਅਤੇ ਅਤੇ ਇਸ ਇਸ ਨੂੰ ਨੂੰ ਕਾਵਿ ਕਾਵਿ ਸ਼ਾਸਤਰੀ ਸ਼ਾਸਤਰੀ ਪਹੁੰਚਾਂ ਪਹੁੰਚਾਂ ਰਾਹੀਂ ਰਾਹੀਂ ਸਮਝਿਆ ਸਮਝਿਆ ਅਤੇ ਅਤੇ ਮਿਲਾਂਕਿਆ ਮਿਲਾਂਕਿਆ ਜਾ ਜਾ ਸਕਦਾ ਸਕਦਾ ਹੈ ਹੈ ਕਥਨ ਕਥਨ ਕਿੰਨਾ ਕਿੰਨਾ ਦਾ, ਦਾ, ਠੀਕ ਠੀਕ ਹੈ ਹੈ ਜੀ। ਜੀ। ਤਾਂ ਤਾਂ ਇਸ ਇਸ ਤਰ੍ਹਾਂ ਤਰ੍ਹਾਂ ਦੇ ਦੇ ਕਥਨ ਕਥਨ ਜਿਹੜੇ ਜਿਹੜੇ ਉਹ ਉਹ ਯੂਜੀਸੀ ਯੂਜੀਸੀ ਨੈੱਟ ਨੈੱਟ ਦੇ ਦੇ ਵਿੱਚ ਵਿੱਚ ਅਕਸਰ ਅਕਸਰ ਜਿਹੜਾ ਜਿਹੜਾ ਪੇਪਰ ਪੇਪਰ ਦੇ ਦੇ ਵਿੱਚ ਵਿੱਚ ਦੇਖਣ ਦੇਖਣ ਨੂੰ ਨੂੰ ਮਿਲਦੇ ਮਿਲਦੇ ਆ। ਆ ਡਾਕਟਰ ਡਾਕਟਰ ਜਗਬੀਰ ਜਗਬੀਰ ਸਿੰਘ, ਸਿੰਘ, ਕੇਸਰ ਕੇਸਰ ਸਿੰਘ, ਸਿੰਘ, ਕੇਸਰ, ਕੇਸਰ, ਹਰਭਜਨ ਹਰਭਜਨ ਸਿੰਘ, ਸਿੰਘ, ਸਤਿੰਦਰ ਸਤਿੰਦਰ ਸਿੰਘ ਸਿੰਘ ਨੂਰ। ਨੂਰ। ਤਾਂ ਤਾਂ ਇਹ ਇਹ ਜਿਹੜਾ ਜਿਹੜਾ ਦਿੱਤਾ ਦਿੱਤਾ ਹੋਇਆ ਹੋਇਆ ਡਾਕਟਰ ਡਾਕਟਰ ਹਰਭਜਨ ਹਰਭਜਨ ਸਿੰਘ ਸਿੰਘ ਦੀ ਦੀ ਜਿਹੜੀ ਜਿਹੜੀ ਇਹ ਇਹ ਕਥਨ ਕਥਨ ਹੈ, ਹੈ, ਇਹ ਇਹ ਇਹਨਾਂ ਇਹਨਾਂ ਦਾ ਦਾ ਹੈਗਾ। ਹੈਗਾ। ਹਾਂਜੀ, ਹਾਂਜੀ, ਨੈਕਸਟ ਨੈਕਸਟ ਆਪਣਾ ਆਪਣਾ ਸਵਾਲ ਸਵਾਲ ਜਿਹੜਾ ਜਿਹੜਾ ਹੈ ਹੈ ਜਦੋਂ ਕਿਸੇ ਸ਼ਬਦ ਜਾਂ ਸ਼ਬਦ ਸਮੂਹ ਦੇ ਅਵਧਾਧਾਰਕ ਅਤੇ ਲਖਣਾਰਥ ਦਾ ਸੰਚਾਰ ਹੋਣ ਤੋਂ ਬਾਅਦ ਵੀ ਕਿਸੇ ਤੀਸਰੇ ਅਰਥਾਂ ਦੀ ਸੂਚਨਾ ਮਿਲੇ ਤਾਂ ਹੁੰਦੀ ਹੈ ਅਬਦਾ ਸ਼ਕਤੀ, ਵਿਅੰਜਨਾ ਸ਼ਕਤੀ, ਲਕਸ਼ਣਾ ਸ਼ਕਤੀ, ਤਤਪਰਯ ਸ਼ਕਤੀ। ਤਾਂ ਇਹਦੇ ਵਿੱਚ ਜਿਹੜਾ ਹੈ ਉੱਪਰ ਅਬਦਾ ਤੇ ਲਕਸ਼ਣਾ ਦਾ ਨਾਮ ਤਾਂ ਆਪਾਂ ਨੂੰ ਜਿਹੜਾ ਹੈ ਪਤਾ ਲੱਗ ਹੀ ਗਿਆ। ਤਾਂ ਇਹਦੇ ਵਿੱਚ ਜਿਹੜੇ ਤੀਜੇ ਅਰਥਾਂ ਦੀ ਸੂਚਨਾ ਮਿਲਦੀ ਹੈ ਉਹ ਆਪਣੇ ਕੋਲੇ ਹੁੰਦਾ ਹੈ ਆਪਸ਼ਨ ਨੰਬਰ 2, ਵਿਅੰਜਨਾ ਸ਼ਕਤੀ ਦੇ ਜਿਹੜੇ ਅਰਥ ਆਪਾਂ ਨੂੰ ਮਿਲਦੇ ਨੇ ਤੀਸਰੇ ਨੰਬਰ ਤੇ। ਹਾਂਜੀ, ਇਸੇ ਤਰ੍ਹਾਂ ਹੀ ਨੈਕਸਟ ਜਿਹੜਾ ਆਪਣਾ ਸਵਾਲ ਹੈ ਉਸਦੇ ਵੱਲ ਵੱਲਦੇ ਹਾਂ। ਨੈਕਸਟ ਸਵਾਲ ਆਪਣਾ ਹੈ, ਗਲੋਟਲ ਵਿਅੰਜਨ ਧੁਨੀਆਂ ਦੇ ਉਚਾਰਨ ਦਾ ਸੰਬੰਧ ਨਹੀਂ ਹੈ। ਗਲੋਟਲ ਵਿਅੰਜਨ ਧੁਨੀਆਂ ਦੇ ਉਚਾਰਨ ਦਾ ਸੰਬੰਧ ਨਹੀਂ ਹੈ ਪੁੱਛਿਆ। ਉਚਾਰਨ ਸਥਾਨ ਨਾਲ, ਨੱਕਪੋਲ ਨਾਲ, ਉਚਾਰਨ ਦੀ ਗਤੀਵਿਧੀ ਨਾਲ, ਸੁਰ ਯੰਤਰ ਨਾਲ। ਤਾਂ ਇੱਥੇ ਜਿਹੜਾ ਹੈ ਉਚਾਰਨ ਦਾ ਸੰਬੰਧ ਨਹੀਂ ਪੁੱਛਿਆ, ਤਾਂ ਉਚਾਰਨ ਸਥਾਨ ਦੇ ਨਾਲ ਵੀ ਹੈ ਕਿਉਂਕਿ ਜਿਹੜਾ ਹੈ ਸੁਰ ਯੰਤਰ ਦੇ ਨਾਲ ਵੀ ਹੈ। ਗਲੋਟਲ ਧੁਨੀਆਂ ਜਿਵੇਂ ਹਾਹਾ ਧੁਨੀ ਆ ਜਿਹਨੂੰ ਆਪਾਂ ਸੁਰ ਯੰਤਰੀ ਕਹਿੰਦੇ ਹਾਂ, ਤਾਂ ਇਹਦੇ ਵਿੱਚ ਗਲੋਟਲ ਧੁਨੀਆਂ ਦੀ ਜੇ ਆਪਾਂ ਪਰਿਭਾਸ਼ਾ ਦੇਣੀ ਹੋਵੇ ਤਾਂ ਜਦੋਂ ਜਿਹੜੀ ਸਾਹ ਨਾਲੀ ਆ ਉਸਦੇ ਉੱਪਰ ਇੱਕ ਜਿਹੜਾ ਹੈ ਝਿੱਲੀ ਦੀ ਤਰ੍ਹਾਂ ਬਣਿਆ ਹੁੰਦਾ ਹੈ ਜਿਸ ਨੂੰ ਆਪਾਂ ਸੁਰ ਤੰਦਾ ਕਹਿੰਦੇ ਹਾਂ, ਤਾਂ ਜਦੋਂ ਹਵਾ ਅੰਦਰੋਂ ਨਿਕਲਦੀ ਹੈ ਤਾਂ ਉਹਨਾਂ ਦੇ ਵਿੱਚ ਕੰਪਨ ਪੈਦਾ ਹੁੰਦੀ ਹੈ, ਤਾਂ ਇਸ ਤਰ੍ਹਾਂ ਦੀਆਂ ਧੁਨੀਆਂ ਦਾ ਜਿਹੜਾ ਉਚਾਰਨ ਹੁੰਦਾ, ਠੀਕ ਹੈ ਜੀ, ਉਚਾਰਨ ਦੀ ਗਤੀਵਿਧੀ ਨਾਲ ਵੀ ਹੈ। ਤਾਂ ਇਸ ਤਰ੍ਹਾਂ ਇਹਦਾ ਜਿਹੜਾ ਆਂਸਰ ਆਪਣਾ ਆਵੇਗਾ ਉਹ ਨੱਕ
ठीक है जी। तां नैक्सट अपने कोले है मिलान करने वाला सवाल, मार्क्सवाद रिक फ्रॉम उच्च उत्तर संरचनावाद संरचनावाद मनोविश्लेषण वाद। तो नीचे ऑप्शन दित्तियां हुई ने, एक पासे जड़े ये अपने सिद्धांत जां अपने जड़े वाद दिते हुए ने, विचारधारावां दा नाम दिते हुए ने, दूजी साइड इन्हां दे जड़े विद्वान ने। हाँ जी, तो ये सब तो पहला जड़ा है मार्क्सवाद पेरे मशेरे दे नाल संबंधित है, ठीक है जी। तो इस नूं आपां उसे तरह ही हल कर लैने आ जिवें आपां करदे हुंदे आ पहला। हाँ जी, मार्क्सवाद पेरे मशेरे दे नाल, और इस तरह अपना जिहड़ा है ऑप्शन नंबर 2 राइट बन जाएगा, ठीक है जी। ऑप्शन नंबर 2 अपना राइट बन जाएगा। जिवें आपां एक दा तुहानूं पता है तां उत्थे ही अपना जिहड़ा टाइम दी आपां बचत कर सकदे आ सवाल नूं खत्म करके। तां इहदे विच ऑप्शन नंबर 2 नाल मार्क्सवाद पेरे मशेरे और जिहड़ा है उत्तर संरचनावाद हैरल्ड ब्लूम संरचनावाद जिहड़ा है जा प्याजे ते मनोविश्लेषणवाद जिहड़ा है हरेक फ्रॉम दे नाल संबंधित है। हाँ जी, इस तरह अपना ऑप्शन नंबर 2 राइट बनेगा। नैक्सट सवाल वाल रुक करते हैं। तो लोक मनोरंजन का सही वर्ग है कबूतरबाजी, शिकार खेडना, पींग झूटना, ज्योतिष तरंजन, मंजा बुनना, खेसियां बुनना, कसीदाकारी गाउन गाउना और नेजाबाजी तरंजन। आंसर जिहड़ा इसका डिस्प्ले हो चुका है कबूतरबाजी, शिकार खेलना, पींग झूटना। हाँ जी, ऑप्शन नंबर 1 इसका सही है, राइट है। नैक्सट अपने को है सफरनामे के नाल संबंधित, वार्तक के नाल संबंधित सवाल। सफरनामा के मुख्य लक्षण हैं उत्सुकता, जग्यासा, बौद्धिक विश्लेषण, ज्ञान भ्रमण, इतिहासमुखता, जग्यासा, विचित्रता, वर्णन, वृतांत, विचित्रता, संस्मरण, भावुकता। ऑप्शन नंबर 3 इसका राइट है। जिहड़े मुख्य दे लक्षण किहड़े किहड़े आ सफरनामा दे, जग्यासा, विचित्रता, वर्णन, वृतांत। हाँ जी, ऑप्शन नंबर 3 इसका राइट बनेगा। नैक्सट अपना सवाल है पंजाबी नावल दे उत्तर यथार्थी काल दे पछाण बिंदु हन। पंजाबी नावल दे उत्तर यथार्थी काल दे पछाण बिंदु हन। हाँ जी, नीचे अपने को ऑप्शन दित्तियां हुई ने, तो इन्हां दे विच्चों जिहड़ी राइट ऑप्शन बनेगी वह ऑप्शन नंबर 1 ही बनेगी, विषयगत रचना दृष्टि और रूपाकारक योगता की वनस्वनता। विषयगत रचना दृष्टि और रूपाकारक योगता की वनस्वनता इसका राइट आंसर है। उत्तर नावल के उत्तर यथार्थी काल के पछाण बिंदु निम्न लिखित दे विच जे आपां गल करिए। हाँ जी, नैक्सट अपने कोल सवाल हैगा थिएटर ऑफ क्रूल्टी जां हंगामी कह सकते हां, है ना। तो नाल संबंधित नाटक किहड़ा इन्हां दे विच, टांडा, अजमेर सिंह औलख, मैं तां इक सरंगी हाँ तमजीत, लोहा कुट, बलवंत गार्गी ते बाबा बंतू चरण दास सिद्धू। थिएटर ऑफ क्रूल्टी की जो आप गल करते हैं तो ये जरा संबंधित निम्न लिखित नाटक अपन लग रहा है वह टांडा, अजमेर सिंह औलख। ऑप्शन नंबर 1 इसका राइट आंसर बनेगा। हाँ जी, नैक्सट अपने को सवाल है पंजाब विच सूफी मत का जन्म कदों होया, भगती मत के विकसित रूप है ये, जा वेदांत की मुसलमानी सूरत है, मुसलमानी हमलिया नाल इस्लाम दे प्रभाव अधीन। तो पंजाब विच सूफी मत का जिहड़ा जन्म होया वह इस्लाम दे प्रभाव अधीन। ऑप्शन नंबर 4 इसका राइट आंसर है। हाँ जी, नैक्सट अपने को है रूपवादी प्रणाली का बल किस उत्ते है, बुणती, थीम, प्रसंग, संरचना। तो इस दे विच रूपवादी प्रणाली का जिहड़ा प्रमुख बल हुंदा है वह थीम दे उत्ते हुंदा। ऑप्शन नंबर 2 इसका राइट बनेगा।
हाँ जी ये सी अज के अपने चोणवे सवाल। उम्मीद है थोड़े लिए बिल्कुल नवे होणगे अते तुहाडे ज्ञान दे विच वाधा कीता होवेगा। अपने दोस्तों के नाल शेयर जरूर करया करो। नाल जिहड़े दोस्तों ने चैनल नूं सबसक्राइब नहीं किया सबसक्राइब जरूर करो। ते जल्द ही मिलते हैं एक नवी वीडियो लैके तुहाडे नाल फिर तो। तद तक के लिए सत श्री अकाल, बहुत बहुत धन्यवाद।